मां बंगलामुखी धाम गुलमोहर सिटी नजदीक लम्मा पिंड चौक में मां बंगलामुखी जी के निमित्त श्रृंखलाबद्ध दिव्य हवन यज्ञ का आयोजन मंदिर परिसर में मां बंगलामुखी धाम के संचालक एवं संस्थापक नवजीत भारद्वाज की देखरेख में हुआ। सर्वप्रथम मुख्य यजमान सुख एवं समीर कपूर से वैदिक रीति अनुसार गौरी गणेश नवग्रह पंचोपचार षोडशोपचार कलश पूजन उपरांत ब्राह्मणों ने आए हुए सभी भक्तों से मां बंगलामुखी जी के निमित्त माल है मंत्र जाप एवं हवन यज्ञ में विशेष रूप से आहूतियां डलवाई। तो वहीं हवन यज्ञ की पूर्ण आहूति के उपरांत धाम के सेवादार नवजीत भारद्वाज जी ने आए हुए भक्तों से रामचरितमानस के बारे में व्याख्यान करते हुए कहा कि प्रभु श्री राम जी का जीवन आदर्श और कर्तव्यों पर आधारित है, इसलिए उन्हें मर्यादा पुरुषोत्तम कहा जाता है। प्रभु श्री राम जी के जीवन से उनके आदर्शों को सीखने का संदेश देते हुए नवजीत भारद्वाज जी ने कहा कि लंका चढ़ाई के समय श्री राम जी ने विनय पूर्वक समुद्र से मार्ग देने की गुहार लगाई। समुद्र से आग्रह करते हुए श्री राम जी को 3 दिन बीत गए, लेकिन समुद्र का उस पर कोई प्रभाव नहीं हुआ। तब भगवान श्री राम समझ गए कि अब अपनी शक्ति से उसमें भय उत्पन्न करना अनिवार्य है। रामायण की कथा से हमें ये सीख मिलती है कि यदि आग्रह से जब काम ना बने तो फिर भय से काम निकाला जाता है। इस अवसर पर श्वेता भारद्वाज, पूनम प्रभाकर, सरोज बाला, राकेश प्रभाकर, अवतार सैनी, एडवोकेट राजकुमार, जानू, रिंकू सैनी, बलजिंदर सिंह, अजीत कुमार, गौरी, केतन शर्मा, अमन सुखा, अमरजीत सिंह, चेतन, मुनीश, हर्ष मोंटी, नवदीप, उदय, अजीत कुमार, मुनीश शर्मा, देशांत शर्मा, अमरेंद्र कुमार शर्मा, मानव शर्मा, हंसराज शंकर, बाबा खन्ना, विवेक शर्मा, श्यामलाल, बाबा जोशी, मनदीप, राजेश, रविंद्र, अशोक, अमित, विनोद खन्ना, अभिलक्ष्य चुग, सुनील, राजीव, राजन शर्मा, प्रिंस ठाकुर, बलदेव सिंह, दिनेश शर्मा, अजय मल्होत्रा, विक्की, अजीत साहू, प्रवीण, दीपक, अनीश शर्मा, दिशांत शर्मा, विजय, सौरभ, केविन शर्मा, मुनीश मेहरा, बलदेव राज, साहिल, दीपक, सुनील जग्गी सहित भारी संख्या में श्रद्धालु मौजूद रहे। वहीं आरती उपरांत प्रसाद रूपी लंगर का भी आयोजन किया गया। जालंधर से हलचल के लिए कैमरामैन सुरेंद्र बाबा की रिपोर्ट। ਜਿਹੜਾ ਪ੍ਰਤਿਸ਼ਠਾ ਹੋ ਰਹੀ ਹੈ ਉਹ ਪ੍ਰਤਿਸ਼ਠਾ ਦੇ ਕਰਕੇ ਜਿੰਨੇ ਵੀ ਵਿਚਾਰ ਜਿੰਨੇ ਵੀ ਛੰਦ ਜਿੰਨੇ ਵੀ ਛੁਪਾਈਆਂ ਕੋਸ਼ਿਸ਼ ਕਰ ਰਹੇ ਹਨ ਕਿ ਇੱਕ ਇੱਕ ਕਰਕੇ ਵੀਰਵਾਰ ਵਾਲੇ ਹਵਨ ਯੱਗ ਦੇ ਵੀ ਔਰ ਸ਼ਨੀਵਾਰ ਵਾਲੇ ਹਵਨ ਯੱਗ ਦੇ ਵੀ ਅਸੀਂ ਲਗਾਤਾਰ ਉਹਦੇ ਉੱਤੇ ਜਿਹੜੇ ਵਿਚਾਰ ਬਣਦੇ ਉਹ ਪ੍ਰਗਟ ਕਰਾਂਗੇ। ਅੱਜ ਦਾ ਜਿਹੜਾ ਭਾਵ ਹੈ ਹੱਥ ਜੋੜਿਆ ਕਿਸੇ ਦੇ ਮੂੰਹ ਵਿਨੈ ਕੀਤੀ ਤੇ ਉਹ ਨਾ ਸਮਝੇ ਫਿਰ ਭੈਣ ਦੇ ਨਾਲ ਵੀ ਕੰਮ ਕਢਾਇਆ ਜਾਂਦਾ ਜਿੱਦਾਂ ਲੋਕਾਂ ਦੇ ਪ੍ਰਮਾਣੂ ਬੰਬ ਉਡਾਏ ਗਏ ਲੋਕਾਂ ਨੇ ਪਰ ਉਹ ਚਲਾਉਂਦੇ ਨਹੀਂ ਹੈ ਪਰ ਉਹਨਾਂ ਦੇ ਸੈਲਫ ਡਿਫੈਂਸ ਜਿਹਨੂੰ ਆਪਾਂ ਕਹਿੰਦੇ ਹਾਂ। ਅੱਜ ਦਾ ਭਾਵ ਇਹ ਹੈ ਕਿ ਬਹਿਰੇ ਲੋਕ ਨਵਰੀਤ ਭਗਵਾਨ ਸ਼੍ਰੀ ਰਾਮ ਜੀ ਦੇ ਜਦੋਂ ਰਾਮੇਸ਼ਵਰ ਤੱਟ ਤੇ ਬੈਠ ਕੇ ਭਗਵਾਨ ਜੀ ਦੀ ਪੂਜਾ ਕੀਤੀ ਭੋਲਨਾਥ ਜੀ ਦੀ ਪਿਛਲੀ ਵਾਰ ਆਪਾਂ ਕਿਹਾ ਸੀ ਕਿ ਲਕਸ਼ਮਣ ਜੀ ਨੇ ਕਿਹਾ ਕਿ ਜੋਰ ਜ਼ਬਰਦਸਤੀ ਨਾਲ ਪਾਰ ਹੋਣਾ ਉਦੋਂ ਭਗਵਾਨ ਜੀ ਨੇ ਕਿਹਾ ਨਹੀਂ ਲਕਸ਼ਮਣ ਸਾਰਿਆਂ ਦੇ ਸਿਸਟਮ ਬੰਨੇ ਹੋਏ ਹੈ ਕਿ ਮੈਂ
ਉਹਨੂੰ ਨਹੀਂ ਤੋੜ ਸਕਦਾ। ਤਿੰਨ ਦਿਨ ਬਾਅਦ ਜਦੋਂ ਪੂਜਾ ਕਰਦੇ ਰਹੇ ਭਗਵਾਨ ਜੀ ਤੇ ਨਹੀਂ ਮੰਨੇ, ਆਪਣਾ ਜਿਹੜਾ ਅਸਤਰ ਹੈ ਉਠਾ ਕੇ ਉੱਤੇ ਬਾਣ ਪਤੰਜਿਆ ਚੜਾਈ, ਬਾਣ ਚੜਾਇਆ ਤੇ ਜਦੋਂ ਅਗਲਾ ਅਸਤਰ ਕਹਿੰਦੇ ਆ ਬ੍ਰਹਮਾਸਤਰ ਅੱਗ ਲੱਗਣੀ ਜਾਂਦੀ ਹੈ, ਸਭ ਕੁਛ ਸੁੱਕ ਜਾਂਦਾ। ਉਹ ਕਹਿੰਦੇ ਮੈਂ ਸਮੁੰਦਰ ਵਿੱਚ ਸੁਕਾ ਦਿੰਦਾ। ਅੱਜ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਚ ਜਿਹੜਾ ਸਪਤਾਹਿਕ ਹਵਨ ਯੱਗ ਹੋਇਆ ਉਸਦੇ ਉਪਲਕਸ਼ ਦੇ ਵਿੱਚ ਅੱਜ ਦੂਰੋਂ ਦੂਰੋਂ ਆਏ ਸੰਗਤਾਂ ਨੇ ਵਰਦੀ ਕਹਿਰ ਦੀ ਠੰਡ ਦੇ ਵਿੱਚ ਔਰ ਆਹੂਤੀਆਂ ਡਾਲੀਆਂ ਔਰ ਬਹੁਤ ਜ਼ਿਆਦਾ ਧੁੰਦ ਦੀ ਜਿਹੜੀ ਸਵੇਰ ਦੀ ਵਿਜ਼ੀਬਿਲਿਟੀ ਸੀ ਉਹ ਜ਼ੀਰੋ ਸੀਗੀ, ਫਿਰ ਵੀ ਸੰਗਤਾਂ ਨੇ ਭਾਰੀ ਸੰਗਤ 'ਚ ਸੰਖਿਆ 'ਚ ਪਹੁੰਚ ਕੇ ਸੰਗਤ ਨੇ ਹਵਨ ਯੱਗੇ 'ਚ ਆਹੂਤੀਆਂ ਡਾਲੀਆਂ ਔਰ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਮਾਂ ਬਗਲਾ ਮੁਖੀ ਧਾਮ ਵੱਲੋਂ ਸ਼੍ਰੀ ਰਾਮਚਰਿਤ ਮਾਨਸ ਦੀਆਂ ਕੁਛ ਇੱਕ ਕਾਪੀਆਂ ਜਿਹੜੇ ਮਹਾਰਾਜ ਦੀ ਰਾਮਚਰਿਤ ਮਾਨਸ ਹੈ ਉਹ ਭੇਂਟ ਕੀਤੀਆਂ ਗਈਆਂ ਸ਼ਰਧਾਲੂਆਂ ਨੂੰ। ਉਸ ਉਪਲਕਸ਼ ਦੇ ਵਿੱਚ ਅੱਜ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਔਰ ਕਹਿਣਾ ਚਾਹੁੰਦੇ ਹਾਂ ਕਿ 22 ਤਰੀਕ ਨੂੰ ਹੁੰਮ ਹੁਮਾ ਕੇ ਆਪਣੇ ਨਾਲ ਦੇ ਮੰਦਰਾਂ ਜਿਹੜੇ ਨੇੜੇ ਦੇ ਮੰਦਰ ਆ ਉੱਥੇ ਪਹੁੰਚੋ ਔਰ ਮਹਾਰਾਜ ਦਾ ਜਿਹੜਾ ਸ਼੍ਰੀ ਰਾਮ ਜੀ ਦਾ ਜਿਹੜਾ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ ਉਹਦੇ ਵਿੱਚ ਲਾਈਵ ਦੇਖੋ ਔਰ ਆਪਣੇ ਆਪਣੇ ਮੰਦਰਾਂ ਨੂੰ ਸਜਾਓ ਔਰ ਸਾਰੇ ਘੱਟੋ ਘੱਟ 5-5 ਦੀਪਕ ਆਪਣੇ ਘਰ 'ਚ ਦੇਸੀ ਘਿਓ ਦੇ ਹੋ ਸਕਣ, ਦੇਸੀ ਘਿਓ ਦੇ ਜਲਾਨ ਯਥਾ ਸ਼ਕਤੀ ਜਿਸ ਤਰ੍ਹਾਂ ਵੀ ਹੈ ਉਹ ਦੀਪਕ ਜਲਾਨ ਔਰ ਆਪਣੇ ਆਪਣੇ ਘਰ 'ਚ ਰੋਸ਼ਨੀਆਂ ਕਰਨ ਔਰ ਪ੍ਰਭੂ ਇੱਥੇ ਹੀ ਸਾਡੇ 'ਤੇ ਕਿਰਪਾ ਕਰਕੇ ਧਾਮ ਜੋ ਕਿ ਗੁਲਮੋਹਰ ਸਿਟੀ 'ਚ ਸਥਿਤ ਹੈਗਾ ਉੱਥੇ ਮਾਂ ਦੇ ਭਵੇ ਮੰਦਰ ਦੇ ਵਿੱਚ ਜਿਹੜਾ ਹਵਨ ਯੱਗ ਕੀਤਾ ਗਿਆ ਜਿਹੜੇ ਲਗਾਤਾਰ ਕੀਤੇ ਜਾਂਦੇ ਹੈਗੇ ਹਰ ਵੀਰਵਾਰ ਨੂੰ ਉਸੇ ਕੜੀ ਦੇ ਵਿੱਚ ਇਹ ਲਗਾਤਾਰ ਜਿਹੜਾ ਕੀਤਾ ਗਿਆ ਹੈਗਾ ਔਰ ਸੰਗਤਾਂ ਜਿਹੜੀਆਂ ਸਵੇਰ ਤੋਂ ਜਿਹੜੀਆਂ ਧੁੰਦ ਹੋਣ ਦੇ ਬਾਵਜੂਦ ਵੀ ਸਾਰੀਆਂ ਸੰਗਤਾਂ ਜਿਹੜੀਆਂ ਹੁੰਮ ਹੁਮਾ ਕੇ ਪਹੁੰਚੀਆਂ ਔਰ ਉਹਨਾਂ ਨੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਮਾਈ ਉਹਨਾਂ 'ਤੇ ਕਿਰਪਾ ਕਰੇ ਔਰ ਇੱਦਾਂ ਹੀ ਉਹਨਾਂ ਦੀ ਜਿਹੜੀ ਹੈ ਉਹ ਤੰਦਰੁਸਤੀ ਰਹੇ ਔਰ ਖੁਸ਼ ਰਹੇ। ਔਰ ਅੱਜ ਮਾਂ ਬਗਲਾ ਮੁਖੀ ਧਾਮ ਵੱਲੋਂ ਜਿਹੜਾ ਰਾਮ ਜੀ ਦਾ ਜਿਹੜਾ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ ਉਹਦੇ ਉਪਲਕਸ਼ ਦੇ ਵਿੱਚ ਇਹ ਜਿਹੜੀ ਰਾਮਚਰਿਤ ਮਾਨਸ ਹੈਗੀ ਹੈ ਉਹ ਸੰਗਤਾਂ ਨੂੰ ਜਿਹੜੀ ਆ ਉਹ ਅਰਪਣ ਕੀਤੀ ਗਈ ਹੈਗੀ ਹੈ, ਉਹਨਾਂ ਨੂੰ ਦਿੱਤੀ ਗਈ ਹੈਗੀ ਤਾਂ ਕਿ ਉਹ ਪ੍ਰਭੂ ਰਾਮ ਜੀ ਦੇ ਜਿਹੜੇ ਜੀਵਨ ਦਾ ਚਰਿਤਾਰਥ ਹੈਗਾ ਉਹਨੂੰ ਪੜ੍ਹਨ ਔਰ ਉਹਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਨ।